ਆਪ ਲਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਸ੍ਰੀ ਹਰਗੋਬਿੰਦ ਚੰਦ ਕੋ, ਬੋਲਣ ਅਰ ਵਿਵਹਾਰ ਸੁਨ ਚੰਦੂ, ਚਿੰਤਾ ਅਧਿਕ ਅਨਿਕ ਉਪਾਵ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ। ਪਰਮ ਸਨਮਾਨ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਸੰਧਿਆ ਦੇ ਦੀਵਾਨਾਂ ਵਿੱਚ ਗੁਰ ਇਤਿਹਾਸ ਦੀ ਕਥਾ ਹਰ ਰੋਜ਼ ਸਰਵਣ ਕਰ ਰਹੇ ਹੋ। ਜਿਸ ਸਮੇਂ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਚੜ੍ਹਦੀ ਕਲਾ ਦਾ ਪਤਾ ਲੱਗਾ ਅਤੇ ਉਸਦੇ ਆਪਣੇ ਪਾਪ ਕੰਬੇ, ਉਸਨੇ ਗੁਰੂ ਸਾਹਿਬ ਨਾਲ ਸੁਲਾਹ ਕਰਨ ਲਈ ਦੁਬਾਰਾ ਆਪਣੇ ਮੋਹਤਬਰ ਬੰਦੇ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਭੇਜੇ ਹਨ ਕਿ ਗੁਰੂ ਜੀ, ਅਜੇ ਵੀ ਕੁਛ ਨਹੀਂ ਵਿਗੜਿਆ, ਜਿਹੜੀ ਮਾੜੀ ਮੋਟੀ ਕੋਈ ਗੱਲ ਹੋਈ ਹੈ ਉਹਨੂੰ ਭੁੱਲ ਜਾਓ ਅਤੇ ਮੇਰੀ ਬੇਟੀ ਦਾ ਰਿਸ਼ਤਾ ਮਨਜ਼ੂਰ ਕਰ ਲਓ। ਚੰਦੂ ਦੀ ਚਿੱਠੀ ਪੜ੍ਹ ਕੇ ਛੇਵੇਂ ਪਾਤਸ਼ਾਹ ਵੀਰ ਰਸ ਵਿੱਚ ਆ ਗਏ ਅਤੇ ਬੜਾ ਕਰੜਾ ਜਵਾਬ ਚੰਦੂ ਆਦਿ ਭੇਜ ਦਿੱਤਾ, ਵੀ ਆਵਾਂਗੇ ਔਰ ਤੈਨੂੰ ਦੱਸਾਂਗੇ ਵੀ ਕਿਵੇਂ ਰਿਸ਼ਤਾ ਕਰੀਦਾ ਅਤੇ ਕਿਵੇਂ ਵਿਆਹ ਕਰੀਦਾ। ਬੜੇ ਕਰੜੇ ਸ਼ਬਦਾਂ ਵਿੱਚ ਗੁਰੂ ਸਾਹਿਬ ਜੀ ਨੇ ਜੋ ਜਵਾਬ ਚੰਦੂ ਵੱਲ ਭੇਜਿਆ ਵੀ ਤੈਨੂੰ ਅਸੀਂ ਮਾਰਨਾ ਔਰ ਕੁੱਤੇ ਦੀ ਮੌਤ ਹੀ ਮਾਰਨਾ, ਜਿੱਥੇ ਮਰਜ਼ੀ ਭੱਜ ਲੈ, ਭਾਵੇਂ ਸੱਤਵੇਂ ਪਤਾਲ ਵਿੱਚ ਚਲਾ ਜਾ ਅਤੇ ਭਾਵੇਂ ਸੱਤਵੇਂ ਆਕਾਸ਼ 'ਤੇ ਚੜ੍ਹ ਜਾ, ਤੈਨੂੰ ਰੜੇ ਮੈਦਾਨ ਮਾਰਾਂਗੇ, ਤੈਨੂੰ ਜਾਣ ਨਹੀਂ ਦੇਵਾਂਗੇ। ਇਹ ਜਦੋਂ ਚੰਦੂ ਨੂੰ ਜਾ ਕੇ ਉਹਦੇ ਲਾਗੀਆਂ ਨੇ ਦੱਸਿਆ, ਬੰਦਿਆਂ ਨੇ, ਵੀ ਗੁਰੂ ਸਾਹਿਬ ਬੜੇ ਗੁੱਸੇ ਵਿੱਚ ਨੇ ਅਤੇ ਉਹ ਕਿਸੇ ਵੀ ਹਾਲਤ ਵਿੱਚ ਤੇਰੇ ਨਾਲ ਸੁਲਾ ਸਫਾਈ ਵਾਲੇ ਰਾਹ ਦੀ ਗੱਲ 'ਤੇ ਆ ਹੀ ਨਹੀਂ ਸਕਦੇ। ਇਹ ਸੁਣ ਕੇ ਚੰਦੂ ਭੈ ਭੀਤ ਹੋ ਗਿਆ ਅਤੇ ਸਾਰਸਾ ਘੜਨ ਲੱਗਾ। ਉਹ ਕਥਾ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਹਰਗੋਬਿੰਦ ਚੰਦ ਕੋ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ, ਬੋਲਣ ਅਰ ਵਿਵਹਾਰ ਉਹਨਾਂ ਦਾ ਬੋਲਣ ਦਾ ਵਿਹਾਰ ਵੇਖ ਕੇ, ਸੁਨ ਚੰਦੂ ਚਿੰਤਾ ਅਧਿਕ, ਚੰਦੂ ਨੂੰ ਬੜੀ ਚਿੰਤਾ ਹੋਈ ਹੈ, ਅਨੇਕ ਉਪਾਵ ਵਿਚਾਰ, ਅਨੇਕਾਂ ਤਰ੍ਹਾਂ ਦੀਆਂ ਸੋਚਾਂ ਸੋਚਣ ਲੱਗਾ। ਚੌਪਈ ਨਹਿ ਮਨ ਹੈ ਮਮ ਸੁਤਾ ਸਗਾਈ, ਚੰਦੂ ਨੂੰ ਪਤਾ ਲੱਗ ਗਿਆ ਮੇਰੀ ਧੀ ਦਾ ਰਿਸ਼ਤਾ ਗੁਰੂ ਸਾਹਿਬ ਨੇ ਸਗਾਈ ਨਹੀਂ ਮੰਨਣੀ, ਪਿਤਾ ਦਸ਼ਾ ਦਿਖ ਤਰਾਸ ਨਾ ਪਾਈ, ਜੇ ਪਿਤਾ ਦੀ ਮੌਤ ਤੋਂ ਵੀ ਉਹ ਡਰੇ ਨਹੀਂ ਹਨ, ਤਰਾਸ ਨਹੀਂ ਮੰਨਿਆ ਉਹਨਾਂ ਨੇ, ਬਦਤ ਬਦਤ ਬਦ ਗਏ ਉਹ ਬਿਰੋਧਾ, ਕਿੱਡਾ ਕੰਮ ਵੱਧ ਗਿਆ, ਵਧਿਆ ਵਧਿਆ ਬਹੁਤ ਹੀ ਵਿਰੋਧ ਵੱਧ ਗਿਆ ਹੈ, ਅਜਿਹੋ ਨਾ ਮੇਰੋ ਮਾਨਤ ਕਰੋਧਾ, ਅਜੇ ਤੱਕ ਵੀ ਮੇਰੇ ਗੁੱਸੇ ਨੂੰ ਮੇਰੇ ਕ੍ਰੋਧ ਨੂੰ ਮੰਨਦੇ ਨਹੀਂ, ਭਾਵ ਮੇਰੇ ਤੋਂ ਗੁਰੂ ਹਰਗੋਬਿੰਦ ਸਾਹਿਬ ਡਰਦੇ ਨਹੀਂ, ਹਾਲਾਂਕਿ ਮੈਂ ਉਹਨਾਂ ਦੇ ਪਿਤਾ ਨੂੰ ਬੜੇ ਤਸੀਹੇ ਦੇ ਕੇ ਤੱਤੀਆਂ ਤਵੀਆਂ 'ਤੇ ਬਿਠਾ ਕੇ ਮਾਰ ਦਿੱਤਾ ਹੈ, ਫਿਰ ਵੀ ਗੁਰੂ ਹਰਗੋਬਿੰਦ ਦੇ ਮਨ ਵਿੱਚ ਮੇਰਾ ਡਰ, ਮੇਰੀ ਦਹਿਸ਼ਤ ਨਹੀਂ ਬੈਠੀ। ਕਹਿ ਮੇਰੋ ਅਬ ਹੋਏ ਬਿਨਾਸ਼ਾ, ਚੰਦੂ ਸੋਚਦਾ ਜਾਂ ਤਾਂ ਹੁਣ ਮੈਂ ਮਾਰਿਆ ਜਾਵਾਂਗਾ, ਮੇਰੀ ਮੌਤ ਆ ਗਈ ਹੈ, ਕਹਿ ਜੀਵਨ ਤੇ ਸੋ ਬਿਨ ਆਸਾ, ਜਾਂ ਫਿਰ ਹੁਣ ਹਰਗੋਬਿੰਦ ਨਹੀਂ ਬਚੇਗਾ, ਉਹਦੀ ਜ਼ਿੰਦਗੀ ਦੀ ਡੋਰ ਟੁੱਟੇਗੀ ਜਾਂ ਮੇਰੀ, ਹੁਣ ਦੇਖਣਾ ਇਹ ਹੈ
ਵੀ ਮੈਂ ਗੁਰੂ ਹਰਗੋਬਿੰਦ ਨੂੰ ਕਿਵੇਂ ਮਾਰਨਾ ਹੈ। ਹਰਗੋਬਿੰਦ ਕੋ ਜਬ ਪਕੜਾਵਾਂ, ਮੈਂ ਜਦੋਂ ਗੁਰੂ ਹਰਗੋਬਿੰਦ ਨੂੰ ਪਕੜਵਾ ਦਿਆਂਗਾ, ਜੇਲ੍ਹ ਵਿੱਚ ਸੁਟਾ ਦਿਆਂਗਾ, ਤਬ ਹੈ ਬੈਰ ਪੂਰਨ ਸਫਲਾਵਾਂ, ਤੇ ਜੇਲ੍ਹ ਵਿੱਚ ਹੀ ਮਰਵਾ ਦਿਆਂਗਾ ਤਾਂ ਹੀ ਬੈਰ ਪੂਰਾ ਹੋਵੇਗਾ। ਜਿੰਨਾ ਚਿਰ ਹਰਗੋਬਿੰਦ ਜਿਉਂਦਾ ਉਹਨਾਂ ਚਿਰ ਮੇਰੀ ਜ਼ਿੰਦਗੀ ਖਤਰੇ ਵਿੱਚ ਹੀ ਹੈ। ਹਾਂਜੀ, ਉਹਨੇ ਧਰ ਖਰਚੋਂ ਅਧਿਕ ਸੋ ਐਸੇ, ਹੁਣ ਇਹਦੇ ਵਾਸਤੇ ਮੈਨੂੰ ਜਿੰਨਾ ਮਰਜ਼ੀ ਪੈਸਾ ਖਰਚਣਾ ਪਵੇ ਉਹ ਖਰਚਾਂਗਾ, ਕਿਉਂਕਿ ਪੈਸਾ ਔਖੇ ਸਮੇਂ ਵਾਸਤੇ ਰੱਖਿਆ ਹੁੰਦਾ ਹੈ। ਹੁਣ ਔਖਾ ਸਮਾਂ ਆ ਬਣਿਆ ਅਤੇ ਇਹਦੇ ਉੱਤੇ ਮੈਂ ਪੈਸਾ ਖਰਚ ਕੇ ਆਪਣੇ ਦੁਸ਼ਮਣ ਨੂੰ ਖਤਮ ਕਰਾਂਗਾ। ਹਾਂਜੀ, ਪਕੜਿਓ ਮਰ ਹੈ ਨਾਨਕ ਸਹਿਜ ਐਸੇ, ਇਸ ਤਰੀਕੇ ਨਾਲ ਮਾਰਾਂਗਾ ਵੀ ਉਹ ਨਿਕਲ ਨਾ ਜਾਵੇ, ਭੱਜ ਨਾ ਜਾਵੇ। ਇਤਿਹਾਸਕ ਮਨ ਗਿਨ ਹੈ ਵਿਸਾਲਾ, ਹਾਂ ਕਹਿੰਦੇ ਇਸ ਤਰ੍ਹਾਂ ਦੀਆਂ ਸੋਚਾਂ ਚੰਦੂ ਮਨ 'ਚ ਸੋਚਣ ਲੱਗ ਪਿਆ। ਗੁਰੂ ਹਰਗੋਬਿੰਦ ਸਾਹਿਬ ਦੇ ਵਿਰੋਧ ਵਿੱਚ ਮਨ ਵਿੱਚ ਸਾਜਿਸ਼ਾਂ ਘੜਦਾ ਹੈ। ਚਿੰਤਾ ਮਹਿ ਦਿਨ ਰਹਿਣ ਦੁਖਾਲਾ, ਦਿਨ ਰਾਤ ਚੰਦੂ ਦੁਖੀ ਹੈ, ਚਿੰਤਾ 'ਚ ਪਿਆ ਰਹਿੰਦਾ ਹੈ। ਸ਼ਾਹੋ ਸਮੀਪਨ ਰਿਸ਼ਵਤ ਦੇਤ, ਬਾਦਸ਼ਾਹ ਦੇ ਨਿਕਟ ਵਰਤੀਆਂ ਨੂੰ ਜਿਹੜੇ ਦਰਬਾਰੀ ਅਫਸਰ ਹਨ ਉਹਨਾਂ ਨੂੰ ਰਿਸ਼ਵਤਾਂ ਦੇ ਕੇ ਪੈਸੇ ਦੇ ਕੇ ਆਪਣੇ ਨਾਲ ਜੋੜਦਾ ਹੈ। ਕਹਿਬੇ ਕੋ ਅਵਸਰ ਨਹਿ ਲੇਤ, ਪਰ ਬਾਦਸ਼ਾਹ ਨਾਲ ਗੱਲ ਕਰਨ ਦਾ ਜੇ ਮੌਕਾ ਨਹੀਂ ਬਣਦਾ, ਕਿਸ ਤਰੀਕੇ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਾਵੇ, ਕੋਈ ਸਬੱਬ ਨਜ਼ਰ ਨਹੀਂ ਆਉਂਦਾ। ਜਹਾਂਗੀਰ ਢਿੱਗ ਪਹੁੰਚ ਹੈ ਜਬੈ, ਜਦੋਂ ਬਾਦਸ਼ਾਹ ਦੀ ਕਚਹਿਰੀ 'ਚ ਜਾਂਦਾ ਹੈ, ਅਨੇਕ ਘਾਤ ਬਾਤਨ ਕਹਿ ਤਬੈ, ਉਸ ਵੇਲੇ ਗੁਰੂ ਘਰ ਦੇ ਵਿਰੋਧ ਵਿੱਚ ਕਈ ਦਾਅ ਪੇਚ ਸੋਚਦਾ ਹੈ, ਗੱਲਬਾਤ ਵੀ ਇਹੋ ਜਿਹੀ ਕਰਦਾ ਵੀ ਜਿਹਦੇ ਨਾਲ ਗੁਰੂ ਘਰ ਦਾ ਵਿਰੋਧ ਹੋਵੇ। ਹਜ਼ਰਤ ਕੋ ਰੁੱਖ ਇੱਕ ਦਿਨ ਪਾਏ, ਇੱਕ ਦਿਨ ਬਾਦਸ਼ਾਹ ਦਾ ਰੁੱਖ ਪਾ ਕੇ, ਕਰ ਜੋੜਤ ਕਹਿ ਬਿਨੈ ਬਣਾਏ, ਹੱਥ ਜੋੜ ਕੇ ਸਲਾਮਾਂ ਕਰਕੇ ਬੇਨਤੀਆਂ ਕਰਨ ਲੱਗ ਪਿਆ ਚੰਦੂ। ਮਾਝੇ ਦੇਸ਼ ਹਕੀਕਤ ਸਾਰੀ, ਮਾਝੇ ਦੇਸ਼ ਦੀ ਸਾਰੀ ਹਕੀਕਤ, ਲਾਹੌਰ ਜ਼ਿਲ੍ਹੇ ਦੀ, ਅੰਮ੍ਰਿਤਸਰ ਦੀ, ਗੁਰਦਾਸਪੁਰ ਦੀ, ਇਹ ਸਾਰੇ ਇਲਾਕੇ ਦੀ, ਮਾਝੇ ਦੀ ਹਕੀਕਤ। ਕਹਿਤ ਆਏ ਜੈਸੇ ਧਨ ਭਾਰੀ, ਉੱਥੋਂ ਟੈਕਸ ਨਹੀਂ ਆ ਰਿਹਾ, ਉਹ ਟੈਕਸ ਦੇ ਬਾਰੇ ਗੱਲਾਂ ਬਾਤਾਂ ਕਰਦਾ ਹੈ ਵੀ ਬਾਦਸ਼ਾਹ ਉੱਥੋਂ ਪੈਸਾ ਬਹੁਤ ਆ ਸਕਦਾ, ਮਾਝੇ ਦੀ ਜ਼ਮੀਨ ਬੜੀ ਜਰਖੇਜ਼ ਹੈ, ਉੱਥੋਂ ਬਹੁਤ ਸਾਰਾ ਧਨ ਅੱਗੇ ਖਜ਼ਾਨੇ 'ਚ ਆਉਂਦਾ ਸੀ। ਸ਼੍ਰੀ ਅਰਜਨ ਜੋ ਤੁਮ ਬੁਲਵਾਏ, ਹੇ ਬਾਦਸ਼ਾਹ ਸਲਾਮਤ, ਜੋ ਤੁਸੀਂ ਗੁਰੂ ਅਰਜਨ ਦੇਵ ਨੂੰ ਬੁਲਾਇਆ ਸੀ, ਲਵਪੁਰ ਮਿਲੇ ਆਪ ਢਿੱਗ ਆਏ, ਗੁਰੂ ਅਰਜਨ ਦੇਵ ਤੁਹਾਨੂੰ ਆ ਕੇ ਲਾਹੌਰ ਮਿਲੇ ਵੀ ਸਨ, ਤਿੰਨ ਪਰਲੋਕ ਭਇਓ ਤਹਿ ਜਬ ਤੇ, ਉਹਨਾਂ ਦਾ ਪਰਲੋਕ ਗਮਨ ਹੋ ਗਿਆ, ਮਾਝੇ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਲਾਹੌਰ ਦੇ ਵਿੱਚ। ਸੁੱਤ ਬੈਠਿਓ ਗਾਦੀ ਪਰ ਤਬ ਤੇ, ਉਹਨਾਂ ਦਾ ਪੁੱਤਰ ਗੱਦੀ ਤੇ ਬੈਠਾ, ਗੁਰੂ ਅਰਜਨ ਦੇਵ ਦਾ ਬੇਟਾ ਇਕਲੌਤਾ ਪੁੱਤਰ ਹਰਗੋਬਿੰਦ ਉਹ ਗੱਦੀ 'ਤੇ ਤਾਂ ਬੈਠ ਗਿਆ ਹੈ, ਛੇਵਾਂ ਗੁਰੂ ਬਣ ਗਿਆ ਸਿੱਖਾਂ ਦਾ। ਜਹਾਂਗੀਰ ਸੁਨ ਬੂਝਣ ਲਾਗੇ, ਬਾਦਸ਼ਾਹ ਜਹਾਂਗੀਰ ਨੇ ਪੁੱਛਿਆ, ਕਬ ਕੇ ਕਿਮ ਸ਼੍ਰੀ ਗੁਰ ਤਨ ਤਿਆਗੇ, ਕਿ ਗੁਰੂ ਅਰਜਨ ਦੇਵ ਨੇ ਸਰੀਰ ਕਿਵੇਂ ਤਿਆਗਿਆ। ਹਾਲਾਂਕਿ ਜਾਣਦਾ ਸੀ ਜਹਾਂਗੀਰ ਵੀ, ਪਰ ਇਹ ਸਾਜਿਸ਼ ਜਿਹੜੀ ਸਰਕਾਰੀ ਤੌਰ 'ਤੇ ਸਾਹਮਣੇ ਨਹੀਂ ਆਈ, ਲੋਕਾਂ ਦੇ ਵਿੱਚ ਇਹੀ ਮਸ਼ਹੂਰ ਕੀਤਾ ਸੀ ਵੀ ਮੈਨੂੰ ਪਤਾ ਹੀ ਨਹੀਂ। ਬੜਾ ਭੋਲਾ ਬਣ ਕੇ ਚੰਦੂ ਦੇ ਘਰ ਭੇਜ ਦਿੱਤਾ ਗੁਰੂ ਸਾਹਿਬ ਨੂੰ,
ਸੋ ਹੁਣ ਪੁੱਛਦਾ ਕਚਹਿਰੀ ਤੇ ਜਹਾਂਗੀਰ ਵੀ ਗੁਰੂ ਜੀ ਨੇ ਕਦੋਂ ਦਾ ਸਰੀਰ ਤਿਆਗਿਆ। ਹਾਂਜੀ, ਹਮ ਜਬ ਮਿਲੇ ਕਿਤੇ ਕੁ ਦਿਨ ਪਾਛੇ, ਜਦੋਂ ਆਪਸੀ ਮਿਲੇ ਸੀ ਗੁਰੂ ਅਰਜਨ ਦੇਵ ਨੂੰ, ਉਸ ਤੋਂ ਕਿੰਨੇ ਦਿਨਾਂ ਬਾਅਦ ਸਰੀਰ ਤਿਆਗਿਆ ਉਹਨਾਂ ਨੇ। ਹਾਂਜੀ, ਭਾਵ ਪਰਲੋਕ ਕੌਣ ਥਲ ਆਛੇ, ਕਿੱਥੇ ਉਹਨਾਂ ਦਾ ਪਰਲੋਕ ਗਮਨ ਹੋਇਆ, ਭਾਵ ਕਿੱਥੇ ਉਹਨਾਂ ਦਾ ਸਰੀਰ ਸ਼ਾਂਤ ਹੋਇਆ। ਸ਼ਾਂਤ ਰੂਪ ਸ਼ੋਭਤ ਜਿਨ ਸੂਰਤ, ਕਹਿੰਦੇ ਬੜੇ ਸ਼ਾਂਤੂ ਸਾਧੂ ਸੁਭਾਅ ਸਨ, ਬੜੇ ਸ਼ਾਂਤੀ ਵਾਲੇ ਸਨ, ਮਨੋ ਵਿਰਾਗ ਧਰੀ ਨਿਜ ਮੂਰਤ, ਮਨ ਵਿਰਾਗ ਦੀ ਮੂਰਤੀ ਸਨ, ਮ੍ਰਿਦੁਲ ਬਚਨ ਸੁਨ ਬੇ ਰੁਚ ਜਾਗੈ, ਤੋ ਉਹਨਾਂ ਦੇ ਬਚਨ ਬੜੇ ਚੰਗੇ ਸਨ। ਕਹਿੰਦੇ ਬੜੀ ਹਿੰਦੂ ਮੁਸਲਮਾਨ ਸੰਗਤਾਂ ਉਹਨਾਂ ਦੇ ਬਚਨ ਸੁਣਦੀਆਂ ਸਨ। ਪ੍ਰਭ ਲਿਵ ਲਗਹਿ ਧੰਦ ਜਗ ਤਿਆਗੈ, ਉਹਨਾਂ ਦੇ ਬਚਨ ਸੁਣ ਕੇ ਖੁਦਾ ਨਾਲ ਅੱਲਾ ਨਾਲ ਲਿਵ ਲੱਗ ਜਾਂਦੀ ਸੀ, ਜਗਤ ਦੇ ਸੰਸਾਰ ਦੇ ਧੰਦਿਆਂ ਵੱਲੋਂ ਬਿਰਤੀ ਹਟ ਜਾਂਦੀ ਸੀ। ਹਾਂਜੀ, ਸੁਣ ਜਸ ਚੰਦੂ ਜਰ ਬਰ ਗਏ, ਗੁਰੂ ਅਰਜਨ ਦੇਵ ਦਾ ਜਸ ਸੁਣ ਕੇ ਚੰਦੂ ਸੜ ਗਿਆ, ਬਾਤ ਫਰੇਬ ਬਨਾਵਤ ਭਇਓ, ਫਰੇਬ ਦੀਆਂ ਗੱਲਾਂ ਕਰਨ ਲੱਗਾ, ਸੁਨਹੋ ਸ਼ਾਹੋ ਜੀ ਲਵਪੁਰ ਮਾਹੀ, ਕਹਿਣ ਲੱਗਾ ਬਾਦਸ਼ਾਹ ਸਲਾਮਤ ਸੁਣ, ਲਾਹੌਰ ਦੇ ਵਿੱਚ ਉਹਨਾਂ ਦਾ ਇੰਤਕਾਲ ਹੋਇਆ। ਮਿਲੇ ਗੁਰੂ ਜਬ ਰਾਵਰ ਪਾਹੀ, ਜਦੋਂ ਤੁਹਾਨੂੰ ਮਿਲੇ ਸੀ ਕਚਹਿਰੀ ਵਿੱਚ ਆ ਕੇ, ਤਿਸ ਪਾਛੇ ਕੇਤਕ ਦਿਨ ਰਹੇ, ਉਸ ਤੋਂ ਪਿੱਛੇ ਕਿੰਨੇ ਕੁ ਦਿਨ ਜਿਉਂਦੇ ਰਹੇ ਹਨ, ਕੁਝ ਕੁ ਦਿਨ ਹੀ ਰਹੇ ਹਨ। ਹੈਜ਼ਾ ਹੋਏ ਮਹਾ ਦੁੱਖ ਲਹੇ, ਉਹਨਾਂ ਨੂੰ ਹੈਜ਼ਾ ਹੋ ਗਿਆ ਸੀ, ਝੂਠ ਬੋਲ ਰਿਹਾ ਚੰਦੂ, ਆਪਣੇ ਪਾਪ ਛੁਪਾ ਰਹੇ, ਗੁਰੂ ਮਹਾਰਾਜ ਨੂੰ ਤੱਤੀ ਤਵੀ 'ਤੇ ਬਹਾ ਕੇ ਸ਼ਹੀਦ ਕੀਤਾ, ਉਹ ਨਹੀਂ ਦੱਸ ਰਿਹਾ ਕਚਹਿਰੀ ਦੇ ਵਿੱਚ ਲੋਕਾਂ ਦੇ ਸਾਹਮਣੇ, ਝੂਠੀਆਂ ਕਹਾਣੀਆਂ ਬਣਾ ਰਿਹਾ ਵੀ ਹੈਜ਼ਾ ਹੋ ਗਿਆ ਸੀ ਗੁਰੂ ਜੀ ਨੂੰ। ਹਾਂਜੀ, ਰਾਵੀ ਤੀਰ ਜਾਏ ਤਨ ਤਿਆਗਾ, ਉਹਨਾਂ ਨੇ ਰਾਵੀ ਦੇ ਕੰਢੇ 'ਤੇ ਜਾ ਕੇ ਸਰੀਰ ਤਿਆਗ ਦਿੱਤਾ, ਸੰਗਤ ਮਿਲੀ ਦਿਓ ਤਹਿ ਦਾਗਾ, ਉਹਨਾਂ ਦੀ ਸੰਗਤ ਨੇ ਉਹਨਾਂ ਨੂੰ ਦਾਗ ਦਿੱਤਾ, ਸੰਸਕਾਰ ਕਰ ਦਿੱਤਾ ਉਹਨਾਂ ਦਾ। ਹਾਂਜੀ, ਤਿਨਕੋ ਸੁਤ ਸ਼੍ਰੀ ਹਰਿ ਗੋਬਿੰਦ, ਗੁਰੂ ਅਰਜਨ ਦੇਵ ਦਾ ਬੇਟਾ ਹਰਗੋਬਿੰਦ ਹੈ। ਹਾਂਜੀ, ਥਿਰ ਗਾਦੀ ਪਰ ਧਰਨ ਬੁਲੰਦ, ਉਹ ਗੱਦੀ 'ਤੇ ਬੈਠੇ ਨੇ, ਬੜੇ ਗੱਭਰੂ ਜਵਾਨ ਹੋਏ ਨੇ। ਹਾਂਜੀ, ਤਿਨਕੋ ਬੋਲਣ ਅਰ ਵਿਵਹਾਰੂ, ਪਰ ਗੁਰੂ ਅਰਜਨ ਦੇਵ ਦਾ ਬੇਟਾ ਹਰਗੋਬਿੰਦ ਜਿਹੜਾ, ਉਹਦੀ ਬੋਲੀ ਬੜੀ ਰੁੱਖੀ ਹੈ, ਉਹਦਾ ਵਿਹਾਰ ਜਿਹੜਾ ਬਿਹੇਵੀਅਰ ਹੈ ਲੋਕਾਂ ਦੇ ਨਾਲ ਵਰਤੋਂ ਵਿਹਾਰ, ਉਹ ਵੀ ਬੜਾ ਚੰਗਾ ਨਹੀਂ ਕਹਿ ਸਕਦੇ। ਹਾਂਜੀ, ਲਵਪੁਰ 'ਤੇ ਆਈ ਅਖਬਾਰੂ, ਲਾਹੌਰ ਤੋਂ ਖਬਰ ਆਈ ਹੈ, ਮੈਨੂੰ ਕਿਸੇ ਨੇ ਆ ਕੇ ਦੱਸਿਆ ਵੀ ਗੁਰੂ ਅਰਜਨ ਦੇ ਬੇਟੇ ਹਰਗੋਬਿੰਦ ਨੇ ਪੰਜਾਬ ਦੇ ਵਿੱਚ ਉਪਦਰਵ ਖੜਾ ਕਰ ਦਿੱਤਾ ਹੈ। ਹਾਂਜੀ, ਸੋ ਖਤ ਪਾਠ ਕੇ ਮੈਂ ਬਿਸਮਾਇਓ, ਮੈਨੂੰ ਚਿੱਠੀ ਆਈ ਲਾਹੌਰ ਤੋਂ, ਹਾਲਾਂਕਿ ਚੰਦੂ ਨੂੰ ਤਾਂ ਰੋਜ਼ ਦੀ ਖਬਰ ਆਉਂਦੀ ਸੀ ਸਾਰੀ, ਅਤੇ ਆਪ ਬੰਦੇ ਵੀ ਭੇਜੇ ਆ, ਪਰ ਹੁਣ ਹੋਰ ਤਰੀਕੇ ਨਾਲ ਗੱਲ ਕਰ ਰਿਹਾ। ਕਹਿੰਦਾ ਮੈਨੂੰ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਨੇ ਬਾਗੀ ਸੁਰਾਂ ਅਲਾਪਣੀਆਂ ਸ਼ੁਰੂ ਕਰ ਦਿੱਤੀਆਂ ਨੇ। ਹਾਂਜੀ, ਸਕਲ ਅਪੂਰਬ ਬਿਉਂਤ ਬਣਾਇਓ, ਨਵਾਂ ਹੀ ਕੰਮ ਕਰ ਦਿੱਤਾ, ਪਹਿਲੀ ਵਾਰ ਇਹੋ ਜਿਹੀ ਬਿਉਂਤ ਬਣਾਈ ਹੈ ਜਿਹੜੀ ਕਿਸੇ ਧਾਰਮਿਕ ਸਥਾਨ 'ਤੇ, ਕਿਸੇ ਮੰਦਰ, ਕਿਸੇ ਗੁਰਦੁਆਰੇ, ਕਿਸੇ ਧਰਮ ਸਥਾਨ 'ਤੇ ਨਹੀਂ ਦੇਖੀ ਗਈ। ਹਾਂਜੀ, ਤਖ਼ਤ ਨਾਮ ਗਾਦੀ ਕੋ ਰੱਖਿਓ, ਉਹਨਾਂ ਨੇ ਆਪਣੀ ਗੱਦੀ ਦਾ ਨਾਮ ਤਖ਼ਤ ਰੱਖ ਲਿਆ। ਇਹ ਬਹੁਤ ਵੱਡੀ ਬਗਾਵਤ ਹੈ, ਤਖ਼ਤ 'ਤੇ ਬਾਦਸ਼ਾਹ ਦੇ ਹੁੰਦੇ ਨੇ, ਤਖ਼ਤਾਂ 'ਤੇ ਤਾਂ ਸ਼ਹਿਨਸ਼ਾਹ ਤੁਹਾਡੇ ਵਰਗੇ ਜਾਂ ਬਣਾ ਬਹਿੰਦੇ ਨੇ, ਪਰ ਉਹ ਗੁਰੂ ਫਕੀਰ ਆਪਣੀ ਗੱਦੀ ਨੂੰ ਤਖ਼ਤ ਕਹਿਣ ਲੱਗ ਪਿਆ ਹੈ। ਹਾਂਜੀ, ਆਯੁਧ ਵਿਦਿਆ ਮਹਿ ਅਭਿਲਾਖਿਓ, ਅਤੇ ਰੱਬ ਦਾ ਨਾਂ ਲੈਣ ਦੀ ਬਜਾਏ
ਭਜਨ ਕੀਰਤਨ ਕਰਨ ਦੀ ਥਾਂ 'ਤੇ ਸ਼ਸਤਰ ਵਿੱਦਿਆ ਦੇ ਅਭਿਆਸ ਵਿੱਚ ਲੱਗ ਗਿਆ ਹੈ। ਰੋਜ਼ ਘੋੜੇ ਦੌੜਾਉਂਦਾ ਹੈ, ਤੀਰ ਚਲਾਉਂਦਾ ਹੈ, ਸ਼ਿਕਾਰ ਖੇਡਦਾ ਹੈ। ਹਾਂਜੀ, ਤਜਿਓ ਫਕੀਰੀ ਕੋ ਬਹੁ ਬੇਸ, ਉਸ ਗੁਰੂ ਨੇ ਫਕੀਰੀ ਵਾਲਾ ਬੇਸ ਸਾਰਾ ਛੱਡ ਦਿੱਤਾ ਹੈ, ਸਾਧਾਂ ਵਾਲੇ ਕੱਪੜੇ ਪਾਣੇ ਲਾ ਦਿੱਤੇ। ਹਾਂਜੀ, ਸਮਤਾ ਚਾਹਤ ਸ਼ਾਹੋ ਵਿਸ਼ੇਸ਼, ਤੇ ਰਾਜਿਆਂ ਮਹਾਰਾਜਿਆਂ ਵਾਲੀਆਂ ਪੁਸ਼ਾਕਾਂ ਤੇ ਕਲਗੀਆਂ ਤੇ ਤੋੜੇ ਤੇ ਦੁਮਾਲੇ ਸਜਾ ਲਏ ਨੇ। ਬਾਦਸ਼ਾਹਾਂ ਦੀਆਂ ਰੀਸਾਂ ਕਰਦਾ ਹੈ। ਹਾਂਜੀ, ਸੰਗ ਚਮੂ ਹਿਤ ਜੰਗ ਕਰਨ ਕੇ, ਤੇ ਉਹਨੇ ਫੌਜ ਵੀ ਭਰਤੀ ਕਰ ਲਈ ਹੈ। ਜੰਗ ਵਾਸਤੇ ਫੌਜਾਂ ਤਿਆਰ ਕਰ ਰਿਹਾ, ਰੋਜ਼ ਲੜਾਕੀ ਫੌਜਾਂ, ਉਹਨਾਂ ਨੂੰ ਲੜਾਈ ਦੀ ਟ੍ਰੇਨਿੰਗ ਦਿੰਦਾ ਹੈ। ਰਾਖਤ ਦਿਨ ਪ੍ਰਤ ਸੁਭਟ ਬਰਨ ਕੇ, ਬੜੇ ਬੜੇ ਚੰਗੇ ਯੋਧੇ, ਗੱਭਰੂ ਨੌਜਵਾਨ, ਸ਼ਸਤਰਧਾਰੀ ਸੂਰਮੇ ਰੱਖਦਾ, ਬੜੇ ਲੜਾਕੇ ਬੰਦੇ ਉਹਦੀ ਫੌਜ 'ਚ ਭਰਤੀ ਹੋ ਰਹੇ ਨੇ। ਕਹਿ ਬਾਵਨ ਲਾਗਿਓ ਪਤਸ਼ਾਹੂ, ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕੁਹਾਣ ਲੱਗ ਪਿਆ ਹੈ। ਕਰਹਿ ਅਖੇਰ ਬ੍ਰਿਤ ਬਨ ਮਾਹੂ, ਸ਼ਿਕਾਰ ਖੇਡਦਾ, ਨਾਲ ਯੋਧਿਆਂ ਨੂੰ ਲੈ ਕੇ ਸ਼ਿਕਾਰੀ ਕੁੱਤੇ ਲੈ ਕੇ ਜਾਂਦਾ, ਬਾਜ ਲੈ ਕੇ ਜਾਂਦਾ ਤੇ ਸ਼ਿਕਾਰ ਖੇਡਦਾ ਹੈ। ਹਾਂਜੀ, ਪੂਰਬ ਸਾਕੇ ਬ੍ਰਿੰਦ ਪਵਾੜੇ, ਜਿਹੜੀਆਂ ਪਿਛਲੀਆਂ ਲੜਾਈਆਂ ਹੋਈਆਂ ਨੇ, ਪਹਿਲੇ ਸਾਕੇ ਹੋਏ ਨੇ, ਬੜੇ ਬੜੇ ਵੱਡੇ ਜੰਗ ਯੁੱਧ ਹੋਏ ਨੇ। ਹਾਂਜੀ, ਜਿਨਹੋ ਕੀਨ ਬੜ ਜੰਗ ਅਖਾੜੇ, ਜਿਹਨਾਂ ਸੂਰਮਿਆਂ ਨੇ ਪਿਛਲੇ ਜ਼ਮਾਨਿਆਂ ਦੇ ਵਿੱਚ ਬੜੇ ਯੁੱਧ ਕੀਤੇ ਨੇ, ਲੜਾਈਆਂ ਕੀਤੀਆਂ ਨੇ। ਹਾਂਜੀ, ਤਿੰਨ ਕੋ ਸੁਨਹਿ ਢਾਡੀਅਨ ਪਾਸ, ਉਹਨਾਂ ਜੰਗਾਂ ਦੀ ਕਥਾ ਢਾਡੀਆਂ ਕੋਲੋਂ ਸੁਣਦਾ, ਢਾਡੀਆਂ ਤੋਂ ਵਾਰਾਂ ਲਵਾਉਂਦਾ ਜੋਸ਼ੀਲੀਆਂ, ਢਾਡੀ ਉਹਦੇ ਦਰਬਾਰ ਵਿੱਚ ਜੋਸ਼ ਭਰਨ ਵਾਲੀਆਂ ਵਾਰਾਂ ਗਾ ਕੇ ਉਹਦੇ ਗੱਭਰੂ ਨੌਜਵਾਨ ਸਿੱਖਾਂ ਨੂੰ ਜੋਸ਼ੀਲਾ ਬਣਾ ਦਿੰਦੇ ਨੇ। ਹਾਂਜੀ, ਹੁਣ ਆਪਣੋ ਬਲ ਕਹਿ ਪ੍ਰਕਾਸ਼, ਫਿਰ ਆਪਣੀ ਤਾਕਤ, ਆਪਣੀ ਬਲ, ਆਪਣੀ ਸ਼ਕਤੀ ਵੀ ਦੱਸਦਾ ਵੀ ਮੈਂ ਵੀ ਘੱਟ ਨਹੀਂ ਹਾਂ, ਮੈਂ ਵੀ ਇੱਦਾਂ ਹੀ ਕਰਾਂਗਾ। ਹਾਂਜੀ, ਬਿਨਾਂ ਪਰਗਨੇ ਬਿਨ ਤੁਮ ਕਹੇ, ਹੇ ਬਾਦਸ਼ਾਹ, ਗੁਰੂ ਹਰਗੋਬਿੰਦ ਨੂੰ ਤੁਹਾਡੇ ਵੱਲੋਂ ਕੋਈ ਅਥਾਰਟੀ ਨਹੀਂ ਦਿੱਤੀ ਗਈ ਨਗਾਰਾ ਵਜਾਉਣ ਦੀ, ਕੋਈ ਉਹਨਾਂ ਨੂੰ ਮਨਜ਼ੂਰੀ ਨਹੀਂ ਮਿਲੀ ਝੰਡਾ ਚਲਾਉਣ ਦੀ, ਹਥਿਆਰ ਰੱਖਣ ਦੀ, ਨਾ ਉਹਨਾਂ ਨੇ ਬੰਦੂਕਾਂ ਦੇ ਹਥਿਆਰਾਂ ਦੇ ਲਾਇਸੈਂਸ ਲਏ ਨੇ, ਨਾ ਉਹਨਾਂ ਨੇ ਕੋਈ ਫੌਜ ਰੱਖਣ ਦੀ ਤੁਹਾਡੇ ਕੋਲੋਂ ਮਨਜ਼ੂਰੀ ਲਈ ਹੈ, ਤੁਹਾਡੇ ਕਹੇ ਤੋਂ ਬਿਨਾਂ ਆਪ ਹੀ ਸਾਰਾ ਕੁਝ ਕਰ ਲਿਆ। ਇੱਕ ਬਾਦਸ਼ਾਹ ਦੇ ਰਾਜ ਵਿੱਚ ਬਾਦਸ਼ਾਹ ਦੀ ਪਰਮਿਸ਼ਨ ਤੋਂ ਬਿਨਾਂ ਨਗਾਰਾ ਨਹੀਂ ਵਜਾਇਆ ਜਾ ਸਕਦਾ, ਬਾਦਸ਼ਾਹ ਦੀ ਪਰਮਿਸ਼ਨ ਤੋਂ ਬਿਨਾਂ ਫੌਜਾਂ ਨਹੀਂ ਰੱਖੀਆਂ ਜਾ ਸਕਦੀਆਂ, ਘੋੜੇ, ਹਥਿਆਰ, ਜੰਗੀ ਸਮਾਨ ਨਹੀਂ ਰੱਖਿਆ ਜਾ ਸਕਦਾ, ਪਰ ਗੁਰੂ ਹਰਗੋਬਿੰਦ ਨੇ ਤੁਹਾਡੇ ਕਹੇ ਤੋਂ ਬਿਨਾਂ, ਉਹਦੇ ਕੋਲ ਕੋਈ ਪਰਗਣਾ ਵੀ ਨਹੀਂ, ਆਮਦਨ ਦਾ ਕੋਈ ਸਾਧਨ ਨਹੀਂ, ਬਸ ਆਪਣੇ ਸਿੱਖਾਂ ਤੋਂ ਹਥਿਆਰ ਮੰਗਵਾਉਂਦਾ, ਉਹਦੇ ਸਿੱਖ ਹੀ ਉਹਨੂੰ ਪੈਸਾ ਦਿੰਦੇ ਨੇ ਅਤੇ ਉਹ ਹੀ ਹਥਿਆਰ ਅਤੇ ਘੋੜੇ ਦਿੰਦੇ ਨੇ। ਹਾਂਜੀ, ਸੈਨ ਸਕੇਲਤ ਗਨ ਨਿਤ ਅਹੇ, ਰੋਜ਼ ਉਹਦੀ ਫੌਜ ਵੱਧਦੀ ਜਾ ਰਹੀ ਹੈ, ਰੋਜ਼ ਉਹਨੇ ਆਪਣੇ ਕੋਲ ਸੈਂਕੜੇ ਬੰਦੇ, ਗੱਭਰੂ, ਨੌਜਵਾਨ ਭਰਤੀ ਕਰਨੇ ਜਾਰੀ ਕੀਤੇ ਨੇ, ਰੋਜ਼ ਹੁੰਦੇ ਨੇ, ਬੜੀ ਫੌਜ ਇਕੱਠੀ ਕਰ ਲਈ ਹੈ ਅੰਮ੍ਰਿਤਸਰ ਦੇ ਵਿੱਚ। ਅਸਨਹਿ ਹੋਏ ਉਠਾਵ ਹੈ ਦੁੰਦ, ਇਹੋ ਜਿਹੀ ਗੱਲ ਨਾ ਹੋਵੇ ਕਿਤੇ ਹਰਗੋਬਿੰਦ ਕੋਈ ਪਖੇੜਾ ਖੜਾ ਕਰ ਦੇਵੇ, ਕੋਈ ਦੁੰਦ ਖੜਾ ਕਰ ਦੇਵੇ ਸਰਕਾਰ ਦੇ ਖਿਲਾਫ, ਬਾਗੀ ਸੁਰਾਂ ਲਾਪਦਾ ਕਿਤੇ ਬਗਾਵਤ ਦਾ ਝੰਡਾ ਨਾ ਬੁਲੰਦ ਕਰ ਦੇਵੇ। ਕਿਮ ਟਿਕ ਰਹਿ ਸੁਭਟ ਮਿਲ ਬ੍ਰਿੰਦ, ਉਸ ਗੁਰੂ ਦੇ ਕੋਲ ਇੰਨੀ ਫੌਜ ਹੋ ਗਈ ਹੈ
ਤਾਂ ਆ ਰਹੀ ਹੈ, ਇਹ ਪੁੱਛਣਾ ਚਾਹੀਦਾ। ਕੋਈ ਵੀ ਬੰਦਾ ਸਰਕਾਰ ਦੇ ਹੁਕਮ ਤੋਂ ਬਿਨਾਂ ਫੌਜ ਰੱਖਦਾ, ਸਰਕਾਰ ਦੇ ਹੁਕਮ ਤੋਂ ਬਿਨਾਂ ਹਥਿਆਰ ਰੱਖਦਾ, ਘੋੜੇ ਰੱਖਦਾ, ਆਪਣੀ ਗੱਦੀ ਨੂੰ ਤਖ਼ਤ ਕਹਿੰਦਾ, ਤਾਂ ਇਹਦੇ 'ਚ ਜ਼ਰੂਰ ਕੋਈ ਖਤਰਾ ਹੈ। ਹਾਂਜੀ, ਕਹਿੰਦੇ ਜੇ ਚੰਮੂ ਚੜਾਵਨ ਕਰੀਏ ਹੈ, ਇਹ ਬਾਦਸ਼ਾਹ ਜਾਂ ਤਾਂ ਤੁਸੀਂ ਆਪਣੀ ਫੌਜ ਭੇਜੋ, ਕੋਈ 5-4 ਹਜ਼ਾਰ 10 ਹਜ਼ਾਰ ਯੋਧੇ ਭੇਜੋ, ਜਿਹੜੇ ਗੁਰੂ ਦੀ ਫੌਜ ਨੂੰ ਮਾਰ ਕੇ ਜਾਂ ਬੰਨ ਕੇ ਲੈ ਆਉਣ। ਹਾਂਜੀ, ਬਿਨਾਂ ਲੜੇ ਤੇ ਪ੍ਰਥਮ ਪੱਕਰੀ ਹੈ, ਬਿਨਾਂ ਲੜਾਈ ਤੋਂ ਹੀ ਫੜ ਲਓ। ਚੰਗਾ, ਜੰਮਦੀਆਂ ਸੂਲਾਂ ਦੇ ਮੂੰਹ ਭੰਨ ਦਿਓ। ਚੰਗਾ, ਜੇ ਉਹ ਵੱਡੀਆਂ ਹੋ ਗਈਆਂ ਫਿਰ ਬੜੀਆਂ ਦੁੱਖ ਦੇਣਗੀ। ਗੁਰੂ ਹਰਗੋਬਿੰਦ ਨੂੰ ਜੰਮਦਿਆਂ ਹੀ ਭਾਵ, ਹੁਣ ਉਹ ਅਜੇ ਉੱਠ ਰਿਹਾ ਹੈ, ਅਜੇ ਗੁਰੂ ਦੀ ਤਾਕਤ ਪੂਰੀ ਵਧੀ ਫੁੱਲੀ ਨਹੀਂ, ਸ਼ੁਰੂਆਤ ਹੈ, ਉਸ ਨੂੰ ਕੁਚਲ ਦਿੱਤਾ ਜਾਵੇ। ਹਾਂਜੀ, ਕਹਿ ਭੇਜੋ ਨਰ ਆਛੋ ਕੋਏ, ਜਾਂ ਤਾਂ ਫੌਜ ਭੇਜ ਕੇ ਬੰਨ ਕੇ ਮੰਗਾਓ, ਜਾਂ ਫਿਰ ਕੋਈ ਸਿਆਣਾ ਬੰਦਾ ਸਮਝਾਉਣ ਵਾਸਤੇ ਭੇਜੋ। ਆਪਣੇ ਨਿਕਟ ਹਕਾਰ ਹੋ ਸੋਏ, ਗੁਰੂ ਹਰਗੋਬਿੰਦ ਨੂੰ ਆਪਣੇ ਕੋਲ ਬੁਲਾ ਲਓ, ਦਿੱਲੀ ਕੋਲ ਬੁਲਾ ਕੇ ਉਹਦੀ ਗੱਲਬਾਤ ਸੁਣੋ, ਉਹਦਾ ਤੌਰ ਤਰੀਕਾ ਕੀ ਹੈ, ਉਹਦੀ ਸੋਚ ਕੀ ਹੈ, ਤੁਹਾਨੂੰ ਪਤਾ ਲੱਗ ਜਾਏਗਾ। ਕਿਉਂਕਿ ਬੰਦਾ ਜਦੋਂ ਬੋਲਦਾ, ਗੱਲਬਾਤ ਕਰਦਾ, ਉਹਦੇ ਅੰਦਰ ਦੀ ਗੱਲ ਪਤਾ ਲੱਗਦੀ। ਤੁਸੀਂ ਗੁਰੂ ਹਰਗੋਬਿੰਦ ਨੂੰ ਦਿੱਲੀ ਸੱਦ ਕੇ ਉਹਦੇ ਨਾਲ ਗੱਲਬਾਤ ਕਰੋ, ਫਿਰ ਤੁਹਾਨੂੰ ਪਤਾ ਲੱਗ ਜਾਏਗਾ ਜੋ ਮੈਂ ਕਹਿ ਰਿਹਾ ਸੱਚ ਹੈ ਕਿ ਝੂਠ ਹੈ। ਹਾਂਜੀ, ਦੱਬਿਓ ਰਹਿਣ ਨਹਿ ਦੁੰਦ ਉਠਾਵੇ, ਗੁਰੂ ਹਰਗੋਬਿੰਦ ਨੂੰ ਆਪਣੇ ਨੇੜੇ ਰੱਖੋ, ਆਪਣੀ ਨਿਗਾਹ ਵਿੱਚ ਰੱਖੋ, ਨਜ਼ਰ ਬੰਦ ਕਰ ਲਓ, ਤਾਂ ਕਿ ਉਹ ਦੱਬਿਆ ਰਹੇਗਾ, ਕੋਈ ਬਖੇੜਾ ਨਹੀਂ ਖੜਿਆ ਕਰੇਗਾ। ਜੇ ਉੱਥੇ ਬੈਠਾ ਅੰਮ੍ਰਿਤਸਰ ਦੇ ਵਿੱਚ ਉਹਦੇ ਸਿੱਖ ਉਹਨੂੰ ਇਸ ਤਰ੍ਹਾਂ ਹਥਿਆਰ ਸਪਲਾਈ ਕਰਦੇ ਰਹੇ, ਆਪਣੇ ਨੌਜਵਾਨ ਬੱਚਿਆਂ ਨੂੰ ਗੁਰੂ ਦੀ ਫੌਜ 'ਚ ਭਰਤੀ ਕਰਾਉਂਦੇ ਰਹੇ, ਮਾਝਾ ਮਾਲਵਾ ਦੁਆਬਾ ਪੰਜਾਬ ਦੇ ਸਾਰੇ ਇਲਾਕੇ ਉਹਦੇ ਨਾਲ ਜੁੜ ਚੁੱਕੇ, ਉਹ ਬੜੀ ਵੱਡੀ ਬਗਾਵਤ ਖੜੀ ਕਰ ਸਕਦਾ, ਉਹ ਕੋਈ ਸਰਕਾਰ ਦੇ ਵਾਸਤੇ ਬਖੇੜਾ ਖੜਾ ਕਰ ਸਕਦਾ। ਹਾਂਜੀ, ਅੱਗੇ ਆਪ ਕਰੋ ਜਿਉਂ ਭਾਵੇ, ਅੱਗੇ ਬਾਦਸ਼ਾਹ ਸਲਾਮਤ ਤੁਸੀਂ ਸਿਆਣੇ ਹੋ, ਅੱਗੇ ਆਪ ਦੀ ਮਰਜ਼ੀ ਹੈ, ਜਿਵੇਂ ਤੁਹਾਨੂੰ ਭਾਉਂਦਾ ਉਵੇਂ ਹੀ ਕਰੋ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਕਰੋ। ਸ਼ਾਹੋ ਸਮੀਪੀ ਜੇ ਉਮਰਾਓ, ਬਾਦਸ਼ਾਹ ਦੇ ਜਿਹੜੇ ਨਿਕਟਵਰਤੀ ਉਮਰਾਵ ਕੋਲ ਖੜੇ ਸਨ, ਚੰਦ ਬਾਤ ਕੋ ਕਰ ਪੁਛਟਾਓ, ਉਹਨਾਂ ਨੇ ਚੰਦੂ ਦੀ ਗੱਲ ਦੀ ਪੁਸ਼ਟੀ ਕਰ ਦਿੱਤੀ, ਕਹਿਣ ਲੱਗੇ ਹਾਂ ਬਾਦਸ਼ਾਹ, ਸੁਣਿਆ ਤਾਂ ਅਸੀਂ ਵੀ ਇੱਦਾਂ ਹੀ ਹਾਂ। ਗੁਰੂ ਹਰਗੋਬਿੰਦ ਨੇ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ, ਜਿਹੜਾ ਕਿ ਕਿਸੇ ਧਰਮ ਸਥਾਨ 'ਤੇ ਨਹੀਂ ਹੁੰਦਾ। ਮੰਦਰ ਗੁਰਦੁਆਰੇ ਵਿੱਚ ਹਥਿਆਰ ਰੱਖਣੇ, ਘੋੜੇ ਰੱਖਣੇ, ਲੜਾਈ ਦੀਆਂ ਤਿਆਰੀਆਂ ਕਰਨੀਆਂ, ਇਹ ਨਗਾਰੇ ਵਜਾਉਣੇ, ਇਹ ਜਿਹੜਾ ਜੰਗੀ ਕਰਤੱਵ ਹੈ ਸ਼ਿਕਾਰ ਖੇਡਣਾ, ਇਹ ਗੁਰੂ ਹਰਗੋਬਿੰਦ ਨੇ ਸ਼ੁਰੂ ਕੀਤਾ, ਸਾਨੂੰ ਪੱਕੀ ਰਿਪੋਰਟ ਮਿਲੀ ਹੈ। ਹਾਂਜੀ, ਰਿਸ਼ਵਤ ਲੈਣ ਹਾਰ ਜੇ ਨਰ ਹੈ, ਕਵੀ ਜੀ ਲਿਖਦੇ ਨੇ ਜਿਹੜੇ ਬੰਦੇ ਰਿਸ਼ਵਤ ਖੋਰ ਹੋਣ ਨਾ, ਰਿਸ਼ਵਤ ਲੈਂਦੇ ਹੋਣ, ਬੁਰਾ ਭਲਾ ਨਾ ਵਿਚਾਰਤ ਉਰ ਹੈ, ਰਿਸ਼ਵਤ ਬੰਦੇ ਨੂੰ ਇੰਨਾ ਕਰ ਦਿੰਦੀ ਹੈ, ਉਹ ਬੁਰਾ ਭਲਾ ਨਹੀਂ ਵਿਚਾਰਦੇ। ਰਿਸ਼ਵਤ ਲੈ ਕੇ ਚੰਦੂ ਤੋਂ, ਚੰਦੂ ਦੇ ਪੱਖ 'ਚ ਝੂਠ ਬੋਲਣ ਲੱਗੇ ਆ ਸਾਰੇ ਹੀ। ਹਾਂਜੀ, ਜਿਸ 'ਤੇ ਲੈ ਤਿਸ ਕੋ ਰੁੱਖ ਕਰੈ, ਜਿਹਦੇ ਕੋਲੋਂ ਪੈਸੇ ਲੈਂਦੇ ਨਾ ਰਿਸ਼ਵਤ ਖੋਰ, ਉਹਦੇ ਹੱਕ 'ਚ ਬੋਲੀ ਜਾਂਦੇ। ਹਾਂਜੀ,
ਸੱਚ ਕੇ ਝੂਠ ਵਿਚਾਰ ਨਾ ਧਰੈ। ਸੱਚ ਕੀ ਹੈ? ਝੂਠ ਕਿਹਦੀ ਵਿਚਾਰ ਨਹੀਂ ਕਰਦੇ। ਹਾਂਜੀ। ਜਹਾਂਗੀਰ ਉਰਤ ਥਾ ਪਛਾਨੀ, ਕਹਿੰਦੇ ਜਹਾਂਗੀਰ ਬਾਦਸ਼ਾਹ ਨੇ ਇਹ ਗੱਲ ਆਪਣੇ ਮਨ ਦੇ ਵਿੱਚ ਜਾਣ ਲਈ। ਮਿਲ ਸਕਲਨ ਜਮਕੀਨ ਬਖਾਨੀ, ਵੀ ਹੋ ਸਕਦਾ ਪਿਤਾ ਦੀ ਮੌਤ ਤੋਂ ਬਾਅਦ ਪੁੱਤਰ ਨੇ ਬਗਾਵਤ ਦੀ ਸੁਰ ਆਲਾਪਣੀ ਸ਼ੁਰੂ ਕੀਤੀ ਹੋਵੇ। ਬਾਦਸ਼ਾਹ ਨੇ, ਕਿਉਂਕਿ ਬਾਦਸ਼ਾਹ ਲੋਕਾਂ ਦੀ ਵੀ ਕਮਜ਼ੋਰੀ ਆ, ਕੰਨਾਂ ਦੇ ਕੱਚੇ ਹੁੰਦੇ। ਵੱਡੇ ਲੋਕ ਮੈਂ ਦੇਖਿਆ, ਭਾਵੇਂ ਰਾਜੇ ਮਹਾਰਾਜੇ ਹੋਣ, ਭਾਵੇਂ ਉਹ ਕਿਸੇ ਡੇਰੇ ਦੇ ਮਹੰਤ ਵੀ ਹੋਣ, ਸੰਤ ਵੀ ਹੋਣ, ਜਿਹੜੇ ਥੋੜ੍ਹਾ ਜਿਹਾ ਬਸ ਮਾਣ ਪ੍ਰਤਿਸ਼ਠਾ ਮਿਲ ਜਾਂਦੀ ਹੈ, ਉਹ ਕੰਨਾਂ ਦੇ ਕੱਚੇ ਹੋ ਜਾਂਦੇ। ਜੋ ਕੋਈ ਨਾਲ ਦੇ ਬੰਦੇ ਕਹੀ ਜਾਂਦੇ ਉਹ ਮੰਨੀ ਜਾਂਦੇ। ਬਾਦਸ਼ਾਹ ਦਾ ਵੀ ਇਹੀ ਹਾਲ ਹੈ। ਬਾਦਸ਼ਾਹ ਉਹਨਾਂ ਦੀ ਗੱਲ ਸੁਣ ਕੇ ਮੰਨ ਗਿਆ। ਹਾਂਜੀ। ਸ਼੍ਰੀ ਗੁਰੂ ਗੱਦੀ ਕੇ ਗੁਣ ਪਹਾਰੇ, ਸੋਚਦਾ ਵੀ ਗੁਰੂ ਨਾਨਕ ਦੀ ਗੱਦੀ ਬਹੁਤ ਪ੍ਰਸਿੱਧ ਹੈ, ਦੁਨੀਆਂ 'ਚ ਮਾਨਤਾ ਬੜੀ ਹੈ। ਆਪਣੇ ਵੱਡੇ ਨੇ ਪਰ ਲੱਖ ਉਪਕਾਰੇ, ਸਾਡੇ ਵੱਡੇ ਉਸ ਘਰ ਨਾਲ ਜੁੜੇ ਰਹੇ ਹਨ, ਬਾਬਰ ਬਾਦਸ਼ਾਹ ਤੋਂ ਲੈ ਕੇ। ਦੁਸ਼ਟਨ ਤੇ ਦੂਤੀ ਸੁਨਕਾਨ, ਦੂਤ ਦੁਸ਼ਟਾਂ ਕੋਲੋਂ ਇਹ ਗੱਲ ਸੁਣ ਕੇ, ਸੰਸੈ ਹੋਤ ਸ਼ਾਹੋ ਕੇ ਆਨ, ਮਨ ਵਿੱਚ ਬਾਦਸ਼ਾਹ ਦੇ ਸੰਸੇ ਹੋਣੇ ਸ਼ੁਰੂ ਹੋ ਗਏ। ਪ੍ਰਥਮ ਵਾਰਤਾ ਤਸਕਰ ਕੇਰੀ, ਪਹਿਲਾਂ ਸੋਚਦਾ ਵੀ ਗੁਰੂ ਘਰ ਤੇ ਇਲਜ਼ਾਮ ਲੱਗਦਾ ਸੀ ਕਿ ਗੁਰੂ ਅਰਜਨ ਦੇਵ ਜੀ ਚੋਰਾਂ ਨੂੰ ਪਨਾਹ ਦਿੰਦੇ ਨੇ। ਕਹਿਤ ਰਹੇ ਨਹ ਨਿਰਨੈ ਹੇਰੀ, ਇਹ ਚੰਦੂ ਹੀ ਕਹਿੰਦਾ ਹੁੰਦਾ ਸੀ। ਇਹਦੇ ਨਾਲ ਦੇ ਦੋ ਚਾਰ ਬੰਦੇ ਉਹ ਗੱਲਾਂ ਇਹੋ ਜਿਹੀਆਂ ਕਰਦੇ ਸੀ, ਸੁਲੀ ਖਾਨ, ਸੁਲਭੀ ਖਾਨ ਵਗੈਰਾ, ਪਰ ਅਜੇ ਤੱਕ ਸਾਨੂੰ ਸਾਬਤ ਨਹੀਂ ਹੋਈ ਗੱਲ। ਇੱਕ ਵੀ ਬੰਦਾ ਇਹੋ ਜਿਹਾ ਪੰਜਾਬ 'ਚ ਨਹੀਂ ਫੜਿਆ ਚੋਰ, ਜਿਹੜਾ ਚੋਰੀ ਵੀ ਕਰਦਾ ਹੋਵੇ ਅਤੇ ਗੁਰੂ ਅਰਜਨ ਦੇਵ ਦਾ ਸਿੱਖ ਵੀ ਹੋਵੇ। ਬਲਕਿ ਗੁਰੂ ਅਰਜਨ ਦੇਵ ਦੇ ਸਿੱਖ ਤਾਂ ਚੋਰੀ, ਯਾਰੀ, ਠੱਗੀ, ਬੇਈਮਾਨੀ ਤੋਂ ਦੂਰ ਰਹਿੰਦੇ ਨੇ। ਸਿੱਖਾਂ ਨੂੰ ਤਾਂ ਮਹਾਰਾਜ ਦਾ ਉਪਦੇਸ਼ ਹੈ ਵੀ ਨਾ ਭਾਈ ਚੋਰੀ ਨਹੀਂ ਕਰਨੀ, ਯਾਰੀ ਨਹੀਂ ਕਰਨੀ, ਠੱਗੀ ਬੇਈਮਾਨੀ ਧੋਖਾ ਧੜੀ, ਕੋਈ ਇਹੋ ਜਿਹਾ ਪਾਪ ਨਹੀਂ ਕਰਨਾ। ਪਰ ਇਹ ਚੰਦੂ ਵਰਗੇ ਕਹਿੰਦੇ ਵੀ ਗੁਰੂ ਦੇ ਸਿੱਖ ਇੱਦਾਂ ਦੇ ਕੰਮ ਕਰਦੇ ਆ, ਇਸ ਗੱਲ ਦਾ ਨਿਰਣਾ ਨਹੀਂ ਹੋ ਪਾਇਆ। ਹਾਂਜੀ। ਤਿੰਨਕੋ ਤਨ ਬਿਨ ਸਿਓ ਸੁਤ ਰਹਿਓ, ਕਹਿੰਦੇ ਗੁਰੂ ਅਰਜਨ ਦੇਵ ਤਾਂ ਚਲਾਣਾ ਕਰ ਗਏ ਨੇ, ਉਹਨਾਂ ਦਾ ਪੁੱਤਰ ਹੁਣ ਕਹਿੰਦੇ ਰਹਿ ਗਿਆ ਗੱਦੀ ਤੇ ਬੈਠਾ ਛੇਵੇਂ ਗੁਰੂ ਬਣ ਕੇ। ਹਾਂਜੀ। ਬੈਠਿਓ ਗੁਰਤਾ ਪਦ ਕੋ ਲਹਿਓ, ਉਹ ਗੁਰਤਾ ਗੱਦੀ ਤੇ ਬੈਠ ਗਿਆ। ਜਾਬਤ ਕਰੋ ਨਹੀਂ ਨਿਰਧਾਰੇ, ਜਿੰਨਾ ਚਿਰ ਇਸ ਗੱਲ ਦਾ ਨਿਰਣਾ ਨਹੀਂ ਕਰ ਲੈਂਦੇ, ਇਸ ਗੱਲ ਦਾ ਪੱਕਾ ਪਤਾ ਨਹੀਂ ਕਰ ਲੈਂਦੇ, ਤਾਬਤ ਬਨਹਿ ਨਾ ਕਰਨ ਵਿਗਾੜੇ, ਉਹਨਾਂ ਚਿਰ ਵਿਗਾੜ ਨਹੀਂ ਪਾਉਣਾ ਚਾਹੀਦਾ। ਸਿਆਣੇ ਕਹਿੰਦੇ ਆ ਵੀ ਗੱਲ ਪੂਰੀ ਤਸਦੀਕ ਕਰਕੇ ਸ਼ੁਰੂ ਕਰਨੀ ਚਾਹੀਦੀ ਹੈ। ਜੇ ਪੱਕਾ ਪਤਾ ਲੱਗੇ ਵੀ ਮਾਝੇ ਦੇ ਵਿੱਚ ਗੁਰੂ ਹਰਗੋਬਿੰਦ ਨੇ ਕੋਈ ਬਗਾਵਤੀ ਸੁਰ ਲਾਪੀ ਹੈ, ਕੋਈ ਉਹ ਸਰਕਾਰ ਦੇ ਖਿਲਾਫ਼ ਸਾਜਿਸ਼ ਕਰ ਰਹੇ ਨੇ, ਫਿਰ ਤਾਂ ਅਸੀਂ ਸੋਚਾਂਗੇ। ਅਤੇ ਜੇ ਕੋਈ ਗੱਲ ਨਹੀਂ ਤਾਂ ਫਿਰ ਐਵੇਂ ਖੰਭ ਖੰਭ ਖੇੜਾ ਪਾਉਣ ਦੀ ਲੋੜ ਨਹੀਂ। ਹਾਂਜੀ। ਰਹਿਓ ਗੁਣਤ ਕੁਛ ਹੁਕਮ ਨਾ ਦਿਓ, ਸੋ ਬਾਦਸ਼ਾਹ ਸੋਚਦਾ ਰਿਹਾ, ਉਹਨੇ ਕੋਈ ਹੁਕਮ ਨਹੀਂ ਦਿੱਤਾ ਚੰਦੂ ਦੇ ਆਖੇ ਲੱਗ ਕੇ। ਉੱਠਿਓ ਸਭਾ ਤੇ ਅੰਤਰ ਗਇਓ, ਤੇ ਬਾਦਸ਼ਾਹ ਉੱਠ ਕੇ ਕਚਹਿਰੀ ਚੋਂ ਆਪਣੇ ਮਹਿਲਾਂ ਵਿੱਚ ਚਲਾ ਗਿਆ। ਦਿਨ ਦੂਸਰ ਮਹਿ ਚਿਤਵਤ ਸ਼ਾਹੂ, ਦੂਜੇ ਦਿਨ ਵੀ ਬਾਦਸ਼ਾਹ ਸੋਚਦਾ ਹੈ, ਆਇਓ ਤਬ ਵਜ਼ੀਰ ਖਾਂ ਪਾਹੂ, ਕਿ ਗੁਰੂ ਸਾਹਿਬ ਬਾਰੇ ਕੋਈ ਪੱਕੀ ਰਿਪੋਰਟ ਮਿਲੇ ਨਾ ਵੀ ਉੱਥੋਂ ਦਾ ਕੀ ਹਾਲਾਤ ਹੈ। ਇੰਨੇ ਨੂੰ ਭਾਈ ਵਜ਼ੀਰ ਖਾਂ ਜੀ ਆ ਗਏ। ਗੁਰ ਪ੍ਰਤਾਂਤ ਬੂਝਿਓ ਤਿਸ ਤੀਰ, ਵਜ਼ੀਰ ਖਾਂ ਜਿਹੜੇ ਗੁਰੂ ਸਾਹਿਬ ਦੇ ਬੜੇ ਪ੍ਰੇਮੀ ਸਨ, ਲਾਹੌਰ ਦੇ ਸੂਬੇਦਾਰ ਵੀ ਰਹੇ ਨੇ,
ਅਤੇ ਇਹ ਦੋ ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਿਆ ਕਰਦੇ ਸੀ। ਜਾਤੀ ਦੇ ਮੁਸਲਮਾਨ ਸਨ। ਵਜ਼ੀਰ ਖਾਨ ਨਾਮ ਤੋਂ ਹੀ ਪਤਾ ਲੱਗਦਾ, ਵਜ਼ੀਰ ਖਾਨ ਅਤੇ ਕਿੰਚ ਬੇਗ ਇਹ ਦੋਵੇਂ ਮੁਸਲਮਾਨ ਗੁਰੂ ਕੇ ਸਿੱਖ ਬਣ ਗਏ ਸਨ, ਕਿਉਂਕਿ ਵਜ਼ੀਰ ਖਾਨ ਨੂੰ ਜਲੋਧਰ ਦੀ ਬਿਮਾਰੀ ਸੀ। ਸੁਖਮਨੀ ਸਾਹਿਬ ਸੁਣ ਕੇ ਠੀਕ ਹੋਇਆ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਕਿਰਪਾ ਕੀਤੀ, ਸਾਰਾ ਰੋਗ ਕੱਟ ਦਿੱਤਾ ਸੀ। ਉਦੋਂ ਤੋਂ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ। ਵਜ਼ੀਰ ਖਾਨ ਹਮੇਸ਼ਾ ਗੁਰੂ ਘਰ ਦੇ ਪੱਖ 'ਚ ਬੋਲਿਆ। ਵਜ਼ੀਰ ਖਾਨ ਦੋ ਹੋਏ ਨੇ, ਇਹ ਵੀ ਖਿਆਲ ਰਹਿਣਾ ਬਈ ਇੱਕ ਵਜ਼ੀਰ ਖਾਨ ਉਹ ਪਾਪੀ ਹੋਇਆ ਜਿਹਨੇ ਮਹਾਰਾਜ ਦੇ ਸਾਹਿਬਜ਼ਾਦੇ ਸ਼ਹੀਦ ਕੀਤੇ, ਲਾਹੌਰ ਦਾ ਸਰਹੰਦ ਦਾ ਸੂਬੇਦਾਰ ਜਿਹਨੇ ਨੀਹਾਂ 'ਚ ਚਿਣੇ ਬਾਬੇ ਜ਼ੋਰਾਵਰ ਸਿੰਘ ਫਤਿਹ ਸਿੰਘ, ਉਹ 100 ਸਾਲ ਬਾਅਦ ਹੋਇਆ। ਜਿਹੜੇ ਵਜ਼ੀਰ ਖਾਨ ਦੀ ਗੱਲ ਹੁਣ ਚੱਲ ਰਹੀ ਹੈ, ਇਹ ਗੁਰੂ ਮਹਾਰਾਜ 6ਵੇਂ ਪਾਤਸ਼ਾਹ ਦੇ ਟਾਈਮ 'ਤੇ ਹੋਇਆ। ਇਹ ਟਾਈਮ ਦਾ ਫਰਕ ਦੇਖ ਲੈਣਾ ਚਾਹੀਦਾ। ਉਹ ਵਜ਼ੀਰ ਖਾਨ ਹੋਰ ਸੀ, ਇਹ ਵਜ਼ੀਰ ਖਾਨ ਹੋਰ ਸੀ। ਇਹ ਵਜ਼ੀਰ ਖਾਨ 5ਵੇਂ ਪਾਤਸ਼ਾਹ ਦੇ 6ਵੇਂ ਪਾਤਸ਼ਾਹ ਦੇ ਸਮੇਂ ਗੁਰੂ ਘਰ ਦਾ ਸ਼ਰਧਾਲੂ ਸਿੱਖ ਹੋਇਆ। ਇਹਦੇ ਕੋਲੋਂ ਜਹਾਂਗੀਰ ਪੁੱਛ ਰਿਹਾ ਵੀ ਪੰਜਾਬ ਦੇ ਹਾਲਾਤਾਂ ਬਾਰੇ ਤੈਨੂੰ ਕੀ ਪਤਾ। ਉਹ ਦੱਸਦਾ ਵੀ ਗੁਰੂ ਸਾਹਿਬ ਤਾਂ ਸ਼ਾਂਤ ਸਰੂਪ ਸਨ, ਉਹਨਾਂ ਨੂੰ ਇਹਨਾਂ ਨੇ ਸ਼ਹੀਦ ਕਰ ਦਿੱਤਾ, ਅਤੇ ਜੋ ਕੁਝ ਵੀ ਗੱਲਬਾਤ ਹੈ ਉਹ ਝੂਠੀ ਹੈ, ਇਹ ਝੂਠੀਆਂ ਕਹਾਣੀਆਂ ਬਣਾ ਰਹੇ ਨੇ ਚੰਦੂ ਵਰਗੇ। ਬਾਦਸ਼ਾਹ ਨੂੰ ਕਿਸ ਤਰ੍ਹਾਂ ਦੱਸੇਗਾ ਵਜ਼ੀਰ ਖਾਂ, ਆਪਾਂ ਕੱਲ੍ਹ ਨੂੰ ਸ਼ਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਨਾਲ ਨਾਥ ਨਾ ਸਕੇ ਦੀਨ ਦਰਦ ਨਿਵਾਰ, ਹੇ ਸਮਰਾਥ ਗਮ ਪੂਰਨ ਮੋਏ ਮਾਇਆ ਧਾਰ, ਨਾਨਕ ਉਪ ਮਹਾ ਪਿਆਰ, ਨਾਨਕ ਪਾਰੇ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰਦੇ ਹੁੰਦੇ ਗੁਰਬਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।